ਬਿਕਰਮਜੀਤ ਸਿੰਘ ਮਜੀਠੀਆ ਨਾਲ ਗੱਲਬਾਤ ਹੋਈ ਸੀਗੀ ਜੇਲ੍ਹ 'ਚ ਮੁਲਾਕਾਤ ਹੋਈ ਇੱਕ ਤਰੀਕ 'ਤੇ ਉਹਨਾਂ ਨੇ ਕੀ ਸੁਨੇਹਾ ਦਿੱਤਾ ਮਜੀਠੀਆ ਦੇ ਹਲਕੇ ਵਾਸਤੇ? ਮੇਰੀ ਮੁਲਾਕਾਤ ਨਹੀਂ ਹੋਈ ਜੀ, ਕੋਈ ਵੀ ਗੱਲਬਾਤ ਨਹੀਂ ਹੋਈ ਹੈਗੀ, ਹੁੰਦੀ ਨਹੀਂ ਜੀ, ਬਹੁਤ ਤੰਗ ਕਰਦੇ ਨੇ। ਤੁਹਾਡਾ ਨਾਮ? ਪ੍ਰਹਿਲਾਦ ਸਿੰਘ। ਕੀ ਕਹਿਣਾ ਚਾਹੋਗੇ? ਸਹੁੰ ਚੱਕੀ ਗਈ ਹੈ ਮੈਮ ਵੱਲੋਂ ਆਫੀਸ਼ੀਅਲ ਤੌਰ 'ਤੇ, ਮਾਲਕ ਨੇ ਸੇਵਾ ਲਗਾਈ ਹੈ ਜੀ, ਕਰਨਗੇ ਡਟ ਕੇ। ਤਾਂ ਗਰੀਬ ਕੌਰ ਮਜੀਠੀਆ ਨੇ ਆਫੀਸ਼ੀਅਲ ਤੌਰ 'ਤੇ ਸਹੁੰ ਚੁੱਕ ਲਈ ਹੈ ਵਿਧਾਨ ਸਭਾ ਦੇ। ਅੱਜ ਆਏ ਸੀਗੇ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਪੀਕਰ ਹੈ ਉਹਨਾਂ ਨੂੰ ਮਿਲੇ ਸੀਗੇ, ਨਾਲ ਉਹਨਾਂ ਦੀ ਫੈਮਿਲੀ ਵੀ ਆਈ ਹੈ। ਤੁਹਾਨੂੰ ਦਿਖਾ ਰਹੇ ਹਾਂ ਲਾਈਵ ਵਿਜੂਅਲਸ, ਲਾਈਵ ਤਸਵੀਰਾਂ MLA ਗਰੀਬ ਕੌਰ ਮਜੀਠੀਆ ਦੀ, ਉਹਨਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਬੱਚੇ ਵੀ ਤੇਜਵੀਰ ਅਤੇ ਉਹ ਆਏ ਨੇਗੇ। ਮੈਮ ਤੁਸੀਂ ਤਰੀਕ 'ਤੇ ਵੀ ਗਏ ਸੀ ਬਿਕਰਮਜੀਤ ਸਿੰਘ ਮਜੀਠੀਆ ਜੀ ਨਾਲ, ਕੋਈ ਗੱਲ ਹੋਈ ਜਦੋਂ ਮਿਲਣ ਗਏ ਸੀ, ਕੀ ਮੈਸੇਜ ਸੀਗਾ ਉਹਨਾਂ ਦਾ ਮਜੀਠੀਆ ਸਾਹਿਬ ਦਾ? ਇਸ ਤਰ੍ਹਾਂ ਦਾ ਸਰੋਪਾ ਵੀ ਪਵਾਇਆ ਜਾ ਰਿਹਾ ਗਰੀਬ ਕੌਰ ਮਜੀਠੀਆ ਜੀ ਦੇ ਨਾਲ, ਉਹਨਾਂ ਦੇ ਬਿਕਰਮਜੀਤ ਸਿੰਘ ਮਜੀਠੀਆ ਦੇ ਫਾਦਰ ਸੱਤਿਆਜੀਤ ਸਿੰਘ ਵੀ ਇੱਥੇ ਪਹੁੰਚੇ ਨੇਗੇ ਵਿਧਾਨ ਸਭਾ। ਕੁਲਤਾਰ ਸਿੰਘ ਸੰਧਵਾਂ ਦੇ ਨਾਲ ਸਹੁੰ ਚੱਕੀ ਗਈ ਹੈ ਅੱਜ ਆਫੀਸ਼ੀਅਲ ਤੌਰ 'ਤੇ। ਗੱਲਬਾਤ ਕਰਦੇ ਮੈਮ, ਬਿਕਰਮਜੀਤ ਸਿੰਘ ਮਜੀਠੀਆ ਨਾਲ ਗੱਲਬਾਤ ਹੋਈ ਸੀਗੀ ਜੇਲ੍ਹ 'ਚ ਮੁਲਾਕਾਤ ਹੋਈ ਇੱਕ ਤਰੀਕ 'ਤੇ, ਉਹਨਾਂ ਨੇ ਕੀ ਸੁਨੇਹਾ ਦਿੱਤਾ ਮਜੀਠੀਆ ਦੇ ਹਲਕੇ ਵਾਸਤੇ? ਮੇਰੀ ਮੁਲਾਕਾਤ ਨਹੀਂ ਹੋਈ ਜੀ, ਕੋਈ ਵੀ ਗੱਲਬਾਤ ਨਹੀਂ ਹੋਈ ਹੈਗੀ, ਹੁੰਦੀ ਨਹੀਂ ਜੀ, ਬਹੁਤ ਤੰਗ ਕਰਦੇ ਨੇ। ਹਾਂਜੀ ਮੈਮ, ਫਸਟ ਟਾਈਮ ਕਿਡਸ ਵੀ ਆਏ ਨੇ, ਬੱਚੇ ਵੀ ਆਏ ਫਸਟ ਟਾਈਮ, ਅਤੇ ਕੌਣ ਕੀ ਨਾਮ ਹੈ ਥੋੜ੍ਹਾ ਇੰਟਰੋਡਿਊਸ ਕਰਾ ਸਕਦੇ ਹੋ? ਤੇਜਵੀਰ। ਹਾਂਜੀ, ਤੁਹਾਡਾ ਨਾਮ? ਪ੍ਰਹਿਲਾਦ ਸਿੰਘ। ਬਿਕਰਮਜੀਤ ਸਿੰਘ ਮਜੀਠੀਆ ਦੇ ਫਾਦਰ ਵੀ ਸੱਤਿਆਜੀਤ ਸਿੰਘ ਜੀ ਵੀ ਆਏ ਨੇ, ਕੀ ਕਹਿਣਾ ਚਾਹੋਗੇ? ਸਹੁੰ ਚੱਕੀ ਗਈ ਹੈ ਮੈਮ ਵੱਲੋਂ ਆਫੀਸ਼ੀਅਲ ਤੌਰ 'ਤੇ, ਮਾਲਕ ਨੇ ਸੇਵਾ ਲਗਾਈ ਹੈ ਜੀ, ਕਰਨਗੇ ਡਟ ਕੇ। ਤੁਸੀਂ ਦੇਖਿਆ ਵੀ ਬਿਕਰਮਜੀਤ ਸਿੰਘ ਮਜੀਠੀਆ ਦੇ ਫੈਮਿਲੀ ਮੈਂਬਰ ਸਾਰੇ ਇੱਥੇ ਪਹੁੰਚੇ ਹੋਏ ਨੇਗੇ, ਫਾਦਰ ਵੀ ਆਏ ਨੇ ਸੱਤਿਆਜੀਤ ਸਿੰਘ ਨਾਲ, ਬੱਚੇ ਫਸਟ ਟਾਈਮ ਔਨ ਕੈਮਰਾ ਤੁਸੀਂ ਦੇਖਿਆ, ਮੀਡੀਆ ਦੇ ਰੂਬਰੂ ਹੋਏ ਨੇਗੇ। ਅਤੇ ਗਰੀਬ ਕੌਰ ਮਜੀਠੀਆ ਨੇ ਕਿਹਾ ਵੀ ਗੱਲਬਾਤ ਨਹੀਂ ਹੋਈ ਬਿਕਰਮਜੀਤ ਸਿੰਘ ਮਜੀਠੀਆ ਨਾਲ, ਕੋਈ ਵੀ ਉਹਨਾਂ ਨਾਲ ਗੱਲਬਾਤ ਹਜੇ ਬਹੁਤ ਲੰਬੇ ਚਿਰ ਤੋਂ ਨਹੀਂ ਹੋਈ ਹੈਗੀ ਹੈ। ਅਤੇ ਉਹ ਹਾਲਾਂਕਿ ਉਹਨਾਂ ਦੇ ਚਿਹਰੇ 'ਤੇ ਮਾਯੂਸੀ ਵੀ ਦੇਖਣ ਨੂੰ ਮਿਲ ਰਹੀ ਸੀਗੀ। ਅਤੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਵਿਧਾਨ ਸਭਾ ਤੋਂ ਅੱਜ ਕੁਲਤਾਰ ਸਿੰਘ ਸੰਧਵਾਂ ਦੇ, ਪੰਜਾਬ ਜਿਹੜੇ ਵਿਧਾਨ ਸਭਾ ਸਪੀਕਰ ਹੈ ਉਹਨਾਂ ਦੇ ਆਫਿਸ ਆਏ ਸੀਗੇ, ਸਹੁੰ ਚੱਕੀ ਹੈ ਉਹਨਾਂ ਨੇ ਬਤੌਰ MLA ਆਫੀਸ਼ੀਅਲ ਤੌਰ 'ਤੇ। ਜਿਹੜੀ ਕਾਰਵਾਈਆਂ ਫੋਰਮੈਲਿਟੀਜ਼ ਪੂਰੀਆਂ ਕਰਨੀਆਂ ਹੁੰਦੀਆਂ ਉਹ ਅੱਜ ਇਹਨਾਂ ਨੇ ਸਾਰੀਆਂ ਕੀਤੀਆਂ ਨੇ, ਅਤੇ ਹੁਣ ਇਹਨਾਂ ਵੱਲੋਂ ਸਾਰੀ ਫੋਰਮੈਲਿਟੀ ਮੁਕੰਮਲ ਕਰ ਰਹੇ। ਹਾਲਾਂਕਿ ਗਰੀਬ ਕੌਰ ਮਜੀਠੀਆ ਦੇ ਉੱਤੇ ਇਹੀ ਸਵਾਲ ਚੱਕੇ ਜਾ ਰਹੇ ਸੀਗੇ ਵੀ ਬਹੁਤ ਲੰਬੇ ਚਿਰ ਤੋਂ ਵੀ ਇਹ ਸਹੁੰ ਚੱਕਣ ਨਹੀਂ ਆਏ ਹੈਗੇ। ਉਹਨਾਂ ਨੇ ਦੱਸਿਆ ਅੱਜ ਕਾਰਨ ਵੀ ਉਹਨਾਂ ਨੇ ਸਪਸ਼ਟ ਕੀਤਾ ਵੀ ਹਲਕੇ ਦੇ ਕੰਮ ਇਹੋ ਜਿਹੇ ਸੀਗੇ, ਰੁਝੇਵੇਂ ਇਹੋ ਜਿਹੇ ਸੀਗੇ ਕਿ ਮੈਂ ਟਾਈਮ ਸਿਰ ਨਹੀਂ ਆ ਸਕੇ ਜਾਂ ਥੋੜ੍ਹੀ ਦੇਰੀ ਹੋ ਗਈ। ਅਤੇ ਅੱਜ ਉਹਨਾਂ ਨੇ ਸਮਾਂ ਮੰਗਿਆ ਸੀ, ਸਪੀਕਰ ਸਾਹਿਬ ਨੇ ਸਮਾਂ ਦਿੱਤਾ ਹੈ। ਅਤੇ ਅਕਾਲੀ ਦਲ ਦੀ ਪਿਛਲੀ ਇਲੈਕਸ਼ਨ ਕਰਾਰੀ ਹਾਰ ਹੋਈ ਸੀ, ਬਹੁਤ ਘੱਟ ਉਮੀਦਵਾਰ ਸੀ ਜਿਹੜੇ ਐਤਕੀ ਵਿਧਾਨ ਸਭਾ ਤੱਕ ਪਹੁੰਚ ਸਕੇ ਨੇ। ਉਹਨਾਂ 'ਚੋਂ ਇੱਕ ਬਿਕਰਮਜੀਤ ਸਿੰਘ ਮਜੀਠੀਆ ਦੇ ਵਾਈਫ ਗਨੀਵ ਕੌਰ ਮਜੀਠੀਆ ਨੇ, ਜਿਹੜੇ ਕਿ ਮਜੀਠੀਆ ਹਲਕੇ ਤੋਂ ਜੇਤੂ ਨੇ, ਫਸਟ ਟਾਈਮ ਉਹਨਾਂ ਦੀ ਫੈਮਿਲੀ ਸਾਰੇ ਬੱਚੇ ਫਾਦਰ ਨਾਲ ਗੱਲਬਾਤ ਹੋਈ। ਕੈਮਰਾਮੈਨ ਸੁਰਿੰਦਰ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।